ਟੈਂਟ ਆਪਣਾ ਲੱਗ ਗਿਆ, ਅੱਜ ਇਹਨੂੰ ਸਾਰਾ ਦਿਨ ਧੁੱਪ ਲਵਾਵਾਂਗੇ, ਸ਼ਾਮ ਨੂੰ ਕਰਾਂਗੇ ਇਕੱਠਾ। ਸਲੀਪਿੰਗ ਬੈਗ ਹੋ ਗਈ ਜੀ, ਕਾਫੀ ਕਪੈਸਿਟੀ ਹੈ ਇਹਨਾਂ ਦੀ, ਠੀਕ ਆ। ਇਹਨਾਂ ਨੂੰ ਧੋਣਾ ਵੀ ਬਹੁਤ ਈਜ਼ੀ ਹੈ, ਕੈਰੀ ਕਰਨਾ ਵੀ ਬਹੁਤ ਈਜ਼ੀ ਆ, ਲਾਈਟ ਵੇਟ ਨੇ। ਇਹਦਾ ਜਿਹੜਾ ਹੈਂਡਲ ਆ ਉਹ ਇਸ ਤਰ੍ਹਾਂ ਦਿੱਤਾ ਹੋਇਆ ਜੀ, ਇਸ ਤਰ੍ਹਾਂ ਇਹਨੂੰ ਆਰਾਮ ਦੇ ਨਾਲ ਖੋਲ੍ਹਣਾ। ਇਹਨੂੰ ਹਲਕਾ ਜਿਹਾ ਗੈਸ ਦੀ ਆਵਾਜ਼ ਤੁਹਾਨੂੰ ਆ ਗਈ ਹੋਊਗੀ। ਲਓ ਜੀ, ਇਹਦੇ ਵਿੱਚ ਬਾਈ ਸੈੱਲ ਵੀ ਨਹੀਂ ਪੈਣੇ ਅਤੇ ਇਹ ਨਾ ਹੀ ਚਾਰਜ ਹੋਣੀ ਆ, ਅਤੇ ਇਹ ਆਪਣੇ ਆਪ ਹੀ ਚਾਰਜ ਹੋਏਗੀ। ਇਹਦੀ ਜਿਹੜੀ ਲਾਈਟ ਆ ਉਹ ਆਪਣੇ ਆਪ ਹੀ ਜਗ ਜਾਏਗੀ। ਇਹਦੇ ਵਿੱਚ ਚਾਰ ਬੈਟਰੀਆਂ ਪੈਂਦੀਆਂ ਨੇ। ਇਹ ਤੁਹਾਡੇ ਇਸ ਤਰ੍ਹਾਂ ਹੈੱਡ ਮਾਊਂਟ ਹੋ ਗਈ ਅਤੇ ਤੁਸੀਂ ਆਪਣਾ ਕੋਈ ਵੀ ਜਿਹੜਾ ਕੰਮ ਆ, ਇਹਦੇ ਨਾਲ ਮੈਂ 3 ਕੈਂਪਿੰਗਾਂ ਕਰ ਚੁੱਕਿਆ, ਕਦੀ ਵੀ ਕੋਈ ਕੰਪਲੇਂਟ ਨਹੀਂ ਆਈ। ਹੈਲੋ ਗਾਇਸ, ਵੈਲਕਮ ਬੈਕ ਟੂ ਮਾਈ ਚੈਨਲ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ, ਇੱਕ ਵਾਰੀ ਫਿਰ ਤੋਂ ਤੁਹਾਡੇ ਸਾਰਿਆਂ ਦਾ ਸਵਾਗਤ ਆ ਜੀ, ਦਿਲ ਤੋਂ ਸਵਾਗਤ ਆ ਮੇਰੀ ਨਵੀਂ ਵੀਡੀਓ ਦੇ ਵਿੱਚ। ਅਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਆਪਣੀ ਜਿਹੜੀ ਲੇਹ ਲਦਾਖ ਆ ਜਿਹੜੀ ਬਾਈਕ ਟ੍ਰਿਪ ਦੀ ਤਿਆਰੀ ਚੱਲਦੀ ਪਈ ਆ, ਲੇਹ ਲਦਾਖ ਟ੍ਰਿਪ 2022 ਹੈ ਨਾ, ਅਤੇ ਉਹਦੀ ਬਈ ਤਿਆਰੀ ਚੱਲਦੀ ਪਈ ਹੈ। ਜਿਵੇਂ ਜਿਵੇਂ ਤਿਆਰੀ ਚੱਲਦੀ ਪਈ ਆ, ਉਵੇਂ ਉਵੇਂ ਤੁਹਾਨੂੰ ਮੈਂ ਹਰ ਵੀਡੀਓ ਦੇ ਵਿੱਚ ਦੱਸ ਰਿਹਾ ਕਿ ਆਪਾਂ ਸਟੈਪ ਬਾਏ ਸਟੈਪ ਕਿਹੜੀ ਤਿਆਰੀ ਕਰਦੇ ਪਏ ਹਾਂ, ਠੀਕ ਆ। ਸੋ ਅੱਜ ਗਾਇਸ ਛੁੱਟੀ ਸੀਗੀ ਅਤੇ ਅੱਜ ਮੈਂ ਆਪਣਾ ਸਾਰਾ ਜਿੰਨਾ ਵੀ ਸਮਾਨ ਹੁੰਦਾ ਹੈ ਨਾ, ਕੈਂਪਿੰਗ ਦਾ ਸਮਾਨ ਹੋ ਗਿਆ ਜਾਂ ਆਪਣੇ ਸਲੀਪਿੰਗ ਬੈਗਸ ਹੋ ਗਏ ਜਾਂ ਆਪਣੀ ਥੱਲੇ ਵਿਛਾਉਣ ਵਾਲੀ ਸ਼ੀਟ ਹੋ ਗਈ ਜਾਂ ਟੈਂਟ ਹੋ ਗਿਆ, ਉਹ ਸਾਰਾ ਗਾਇਸ ਅੱਜ ਮੈਂ ਸੋਚਿਆ ਕਿ ਇਹਨੂੰ ਧੁੱਪ ਲਵਾ ਦੇਣੀ ਚਾਹੀਦੀ ਹੈ, ਕਿਉਂਕਿ ਤਕਰੀਬਨ 1 ਸਾਲ ਹੋ ਗਿਆ ਕੋਈ ਵੀ ਕੈਂਪਿੰਗ ਨਹੀਂ ਹੋਈ, ਕੋਈ ਵੀ ਮਤਲਬ ਕਿ ਕੁਛ ਵੀ ਹਿਲ ਸਟੇਸ਼ਨ 'ਤੇ ਕਿਤੇ ਵੀ ਜਾ ਕੇ ਆਪਾਂ ਕੈਂਪਿੰਗ ਨਹੀਂ ਕਰਦੇ ਰਹੇ, ਆਪਾਂ ਹੋਟਲ ਵਿੱਚ ਸਟੇਅ ਕਰਦੇ ਰਹੇ ਹਾਂ, ਅਤੇ ਇਸ ਤਰ੍ਹਾਂ ਦਾ ਜਿਹੜਾ ਐਡਵੈਂਚਰ ਆ ਉਹ ਆਪਣੀ ਜਿਹੜੀ ਆਉਣ ਵਾਲੀ ਲੇਹ ਲਦਾਖ ਟ੍ਰਿਪ ਆ ਉਹਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲੇਗਾ। ਬੜਾ ਹੀ ਜ਼ਬਰਦਸਤ ਇਹਦੇ ਵਿੱਚ ਹੋਏਗੀ, ਟੌਪ ਦੀ ਕੈਂਪਿੰਗ ਜਿਹੜੀ ਤੁਸੀਂ ਪਹਿਲਾਂ ਕਦੀ ਨਹੀਂ ਵੇਖੀ ਹੋਏਗੀ। ਸੋ ਇਹਦੇ ਚੱਲਦੇ ਜਿਹੜਾ ਵਾ ਉਹ ਕੁਛ ਸਮਾਨ ਆ, ਆਹ ਹੈਗਾ ਟੈਂਟ ਅਤੇ ਆਹ ਬਾਈ ਹੈਗਾ ਸਲੀਪਿੰਗ ਬੈਗ ਹੈ ਨਾ, ਇਹਨੂੰ ਵੀ ਆਪਾਂ ਅੱਜ ਧੁੱਪ ਲਵਾਉਂਦੇ ਹਾਂ, ਰੱਖਤਾ ਜੀ ਆਪਾਂ, ਠੀਕ ਆ। ਅਤੇ ਇਸ ਤੋਂ ਇਲਾਵਾ ਬਾਈ ਇੱਕ ਹੋਰ ਸਲੀਪਿੰਗ ਬੈਗ ਆ ਜਿਹੜਾ ਕਮੈਂਟ ਕੈਥਰੀਨ ਦਾ ਸਲੀਪਿੰਗ ਬੈਗ ਆ, ਨੀਚੇ ਵਿਛਾਉਣ ਵਾਸਤੇ ਇਹਦੇ ਕੰਮ ਆਉਂਦਾ, 10 ਡਿਗਰੀ ਵਾਲਾ ਵਾ, ਉਹ ਹੈਗਾ -10 ਡਿਗਰੀ ਵਾਲਾ, ਠੀਕ ਆ। ਆਹ ਹੋ ਗਏ ਜੀ ਦੋ ਸਲੀਪਿੰਗ ਬੈਗ, ਅਤੇ ਇਸ ਤਰੀਕੇ ਦੇ ਨਾਲ ਆਪਣੇ ਕੋਲ ਹੋ ਗਏ 3 ਸਲੀਪਿੰਗ ਬੈਗ, ਠੀਕ ਹੈ ਜੀ। ਆਹ ਜਿਵੇਂ ਗਰਮ ਬੈੱਡਸ਼ੀਟ ਅੱਜ ਕੱਲ੍ਹ ਆਮ ਚੱਲਦੀ ਹੈ, ਜਿਹੜੀ ਬੈੱਡ 'ਤੇ ਆਪਾਂ ਵਿਛਾਉਂਦੇ ਹਾਂ ਹੈ ਨਾ, ਇਹ ਬੜੀ ਪਤਲੀ ਆ ਅਤੇ ਬੜੀ ਵਾਮ ਆ, ਇਹਨੂੰ ਮੈਂ ਹਮੇਸ਼ਾ ਆਪਣੇ ਨਾਲ ਰੱਖਦਾ, ਕਿਉਂਕਿ ਜਦੋਂ ਵੀ ਥੱਲੇ ਆ ਵਾਲਾ ਮੈਟ ਨੀਚੇ ਮੈਂ ਵਿਛਾਉਂਦਾ ਫੋਮ ਵਾਲਾ ਮੈਟ, ਬੜਾ ਲਾਈਟ ਵੇਟ ਹੁੰਦਾ ਅਤੇ ਇਹਨੂੰ ਕੈਰੀ ਕਰਨਾ ਵੀ ਸੌਖਾ। ਆਹ ਇੱਕ ਮੈਂ ਲਾਈਟ ਜਿਹਾ ਪਿੱਲੋ ਰੱਖਿਆ ਹੋਇਆ, ਅਤੇ ਆਹ ਹੈਗੀ ਚਾਦਰ, ਠੀਕ ਹੈ ਜੀ। ਇਹਨੂੰ ਜਦੋਂ ਵੀ ਆਪਾਂ ਕੈਂਪਿੰਗ ਕਰਨਾ ਟੈਂਟ ਦੇ ਅੰਦਰ, ਸਭ ਤੋਂ ਪਹਿਲਾਂ ਉਹ ਵਿਛਾਉਣਾ, ਉਸ ਦੇ ਉੱਪਰ ਆਹ ਵਿਛਾਉਣੀ ਆਪਾਂ ਵਾਮ ਚਾਦਰ, ਠੀਕ ਆ। ਉਸ ਦੇ ਉੱਪਰ ਆਏਗਾ ਸਾਡਾ ਜਿਹੜਾ ਡੀਕੈਥਲੀਨ ਦਾ 10 ਡਿਗਰੀ ਵਾਲਾ ਸਲੀਪਿੰਗ ਬੈਗ ਆ, ਠੀਕ ਆ। ਕਿਉਂਕਿ ਇੰਨਾ ਜ਼ਿਆਦਾ ਗਰਮ ਨਹੀਂ ਹੁੰਦਾ, ਇੰਨਾ ਜ਼ਿਆਦਾ ਵਾਮ ਨਹੀਂ ਹੁੰਦਾ, ਸੋ ਇਹ ਨੀਚੇ ਵਿਛਾਉਣ ਦੇ ਕੰਮ ਆ ਜਾਂਦਾ। ਉਹ ਹੈਗਾ ਜੀ ਆਪਣਾ -10 ਡਿਗਰੀ ਵਾਲਾ ਜਿਹੜਾ ਸਲੀਪਿੰਗ ਬੈਗ ਆ। ਅਤੇ ਹੁਣ ਬਾਈ ਵਾਰੀ ਆ ਜੀ ਆਹ ਆਪਣਾ ਟੈਂਟ ਆ, ਠੀਕ ਆ। ਇਹਨੂੰ ਆਪਾਂ ਅੱਜ ਪੂਰਾ ਜਿਹੜਾ ਇੰਸਟਾਲ ਕਰਕੇ ਅਤੇ ਉਹ ਅੱਜ ਚੰਗੀ ਤਰ੍ਹਾਂ ਇਹਨੂੰ ਧੁੱਪ ਲਵਾ ਦਾਂਗੇ, ਠੀਕ ਆ। ਸੋ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਬਾਹਰ ਕੱਢ ਦਾਂਗੇ ਜੀ, ਅਤੇ ਇਸ ਤਰ੍ਹਾਂ ਖਿਲਾਰ ਦਾਂਗੇ, ਓਕੇ। ਹੁਣ ਵਾਰੀ ਹੈ ਜੀ ਦੂਸਰੇ ਦੀ, ਦੂਸਰੇ ਨੂੰ ਇਸੇ ਤਰੀਕੇ ਦੇ ਨਾਲ ਇਹਦੇ ਬੈਗ ਦੇ ਵਿੱਚੋਂ ਕੱਢਦੇ ਹਾਂ। ਅਤੇ ਇਹ ਕੰਮ ਕੁਛ ਲੱਗਦਾ ਵੇਖਣ ਨੂੰ ਬਹੁਤ ਜ਼ਿਆਦਾ ਕੰਮ ਲੱਗਦਾ, ਬਟ ਇੰਨਾ ਕੰਮ ਹੁੰਦਾ ਨਹੀਂ ਆ, ਕਿਉਂਕਿ ਆਪਣੀ ਸੇਫਟੀ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ ਜੀ, ਆਪਣੀ ਸੇਫਟੀ ਕਰਨੀ, ਠੀਕ ਆ। ਆਪਣੇ ਦੋ ਇਹ ਨੀਚੇ ਆਪਾਂ ਵਿਛਾਉਣਾ, ਆਹ ਜਿਹੜਾ ਆਪਾਂ ਉੱਪਰ ਲੈਣਾ, ਉਹ ਬਹੁਤ ਜ਼ਿਆਦਾ ਵਾਰਮ ਆ, ਠੀਕ ਆ। ਸੋ ਇਸ ਤਰ੍ਹਾਂ ਜਿਹੜੀ ਆ ਉਹ ਧੁੱਪ ਜਿਹੜੀ ਲੱਗਦੀ ਪਈ ਆ, ਠੀਕ ਆ। ਤੁਸੀਂ ਵੇਖ ਸਕਦੇ ਹੋ ਇਹ ਹੈਗੀ ਆ ਜੀ ਆਪਣੀ ਕੈਂਪਿੰਗ ਚੇਅਰ, ਆਹ ਵੀ ਮੋਗ ਲਿਆ ਬਾਹਰ ਕੱਢ ਕੇ।
ਠੀਕ ਆ। ਅਤੇ ਇਹ ਬੜੇ ਕੰਮ ਆਉਂਦੀ ਆ, ਰਸਤੇ ਦੇ ਵਿੱਚ ਜਿੱਥੇ ਵੀ ਕਿਤੇ ਤੁਹਾਨੂੰ ਕੋਈ ਖਾਣ ਪੀਣ ਦੀ ਜਗ੍ਹਾ ਮਿਲਦੀ ਆ ਅਤੇ ਤੁਸੀਂ ਆਪਣੀ ਚੇਅਰ ਲਗਾ ਕੇ, ਜੇ ਉੱਥੇ ਨਹੀਂ ਕੋਈ ਜਗ੍ਹਾ ਹੈਗੀ ਤਾਂ ਬਾਈ ਤੁਸੀਂ ਇਸ ਤਰ੍ਹਾਂ ਚੇਅਰ ਲਗਾ ਕੇ ਆਪਣਾ ਖਾ ਪੀ ਸਕਦੇ ਹੋ। ਟੈਂਟ ਆਪਣਾ ਲੱਗ ਗਿਆ, ਅੱਜ ਇਹਨੂੰ ਸਾਰਾ ਦਿਨ ਧੁੱਪ ਲਵਾਵਾਂਗੇ, ਸ਼ਾਮ ਨੂੰ ਕਰਾਂਗੇ ਇਕੱਠਾ। ਸਲੀਪਿੰਗ ਬੈਗ ਹੋ ਗਈ, ਚਾਦਰ ਹੋ ਗਈ, ਨੀਚੇ ਵਿਛਾਉਣ ਵਾਲਾ ਮੈਟ ਹੋ ਗਿਆ, ਇੱਕ ਉਹ ਸਲੀਪਿੰਗ ਬੈਗ ਪਿਆ, ਠੀਕ ਆ। ਅਤੇ ਆਹ ਆਪਣਾ ਹੋ ਗਿਆ ਕੈਂਪਿੰਗ ਟੇਬਲ, ਠੀਕ ਹੈ ਜੀ। ਸੋ ਹੁਣ ਚੱਲਦੇ ਹਾਂ ਨੀਚੇ ਅਤੇ ਤੁਹਾਨੂੰ ਦੱਸਦੇ ਹਾਂ ਵੀ ਹੋਰ ਕਿਹੜੀ ਇੰਪੋਰਟੈਂਟ ਜਿਹੜੀਆਂ ਚੀਜ਼ਾਂ ਨੇ ਦੋ ਤਿੰਨ ਉਹ ਮੈਂ ਬਾਈ ਕੀਤੀਆਂ, ਐਮਾਜ਼ੋਨ ਤੋਂ ਪਰਚੇਸ ਕੀਤੀਆਂ ਨੇ। ਸੋ ਗਾਇਜ਼, ਗੱਲ ਹੋ ਰਹੀ ਸੀਗੀ ਜਿਹੜਾ ਅਸੀਂ ਜਲਦੀ ਹੀ ਲੇਹ ਲਦਾਖ ਬਾਈਕ ਟ੍ਰਿਪ ਲਗਾ ਰਹੇ ਹਾਂ, ਉਹਦੇ ਵਿੱਚ ਜਿਹੜੀ ਆਪਾਂ ਕੈਂਪਿੰਗ ਕਰਨੀ ਹੈ, ਹੈ ਨਾ। ਬੜਾ ਹੀ ਇੱਕ ਐਡਵੈਂਚਰਸ ਟ੍ਰਿਪ ਹੋਏਗਾ ਜਿਹੜਾ ਪੂਰੀ ਸੀਰੀਜ਼ ਆ, ਆਈ ਹੋਪ ਤੁਹਾਨੂੰ ਬਹੁਤ ਵਧੀਆ ਲੱਗੇਗੀ। ਅਤੇ ਮੈਂ ਸਟੈਪ ਬਾਏ ਸਟੈਪ ਕਰਕੇ ਤੁਹਾਨੂੰ ਹਰ ਇੱਕ ਚੀਜ਼ ਦੱਸੀ ਜਾ ਰਿਹਾ ਜਿਵੇਂ ਜਿਵੇਂ ਆਪਾਂ ਤਿਆਰੀ ਕਰਦੇ ਪਏ, ਸੋ ਦੈਟ ਕਿ ਕਦੀ ਵੀ ਇਨ ਫਿਊਚਰ ਤੁਹਾਡਾ ਮਨ ਬਣੇ ਕਿ ਆਪਾਂ ਵੀ ਯਾਰ ਬਾਈਕ ਟ੍ਰਿਪ ਕਰਨਾ ਜਾਂ ਕਾਰ ਦੇ ਉੱਪਰ ਜਾਣਾ, ਅਤੇ ਤੁਹਾਡੇ ਕਿਹੜੀਆਂ ਕਿਹੜੀਆਂ ਜਿਹੜੀਆਂ ਨਸੈਸਰੀ ਚੀਜ਼ਾਂ ਨੇ ਜਿਹੜੀਆਂ ਲੇਹ ਅਤੇ ਲਦਾਖ ਦੇ ਵਿੱਚ ਯੂਜ਼ਫੁਲ ਹੁੰਦੀਆਂ ਨੇ। ਸੋ ਬਾਈ ਹੁਣ ਗੱਲ ਕਰਾਂਗੇ, ਮੰਨ ਲਓ ਜੇ ਤੁਸੀਂ ਲੇਹ ਲਦਾਖ ਦਾ ਪਲਾਨ ਬਣਾ ਹੀ ਲਿਆ, ਹੈ ਨਾ, ਅਤੇ ਤੁਹਾਡਾ ਮਨ ਦੇ ਵਿੱਚ ਬਿਲਕੁਲ ਆਏਗਾ ਕਿ ਯਾਰ ਉੱਥੇ ਜਾ ਕੇ ਆਪਾਂ ਕੈਂਪਿੰਗ ਜ਼ਰੂਰ ਕਰਨੀ ਹੈ, ਹੈ ਨਾ, ਕਿਸੇ ਖੁੱਲ੍ਹੀ ਜਿਹੀ ਜਗ੍ਹਾ ਦੇ ਉੱਪਰ ਟੈਂਟ ਲਾਉਣਾ, ਆਪ ਕੁਕਿੰਗ ਕਰਨੀ, ਆਪ ਸਭ ਕੁਛ ਕਰਨਾ। ਸੋ ਉਹਦੇ ਰਿਗਾਰਡਿੰਗ ਹੀ ਅੱਜ ਜਿਹੜਾ ਵਲੋਗ ਆਈ ਹੋਪ ਤੁਹਾਨੂੰ ਬਹੁਤ ਵਧੀਆ ਲੱਗੇਗਾ। ਜੇ ਬਈ ਅੱਜ ਦਾ ਵਲੋਗ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਠੀਕ ਹੈ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਐਡਵੈਂਚਰ ਹੀ ਐਡਵੈਂਚਰ ਵੇਖਣ ਨੂੰ ਮਿਲੇਗਾ। ਸੋ ਗਾਇਜ਼, ਸਭ ਤੋਂ ਪਹਿਲਾਂ ਜਿਹੜੀ ਨਸੈਸਰੀ ਚੀਜ਼ ਹੁੰਦੀ ਆ ਜਦੋਂ ਵੀ ਆਪਾਂ ਕੈਂਪਿੰਗ ਕਰਦੇ ਹਾਂ, ਉਹਦੀ ਜਿਹੜੀ ਸਭ ਤੋਂ ਨਸੈਸਰੀ ਚੀਜ਼ ਹੁੰਦੀ ਹੈ, ਜਿਹੜੀ ਬਾਰ ਬਾਰ ਕੈਂਪਿੰਗ ਕਰਕੇ ਜਿਹੜੀ ਇਨਫੋਰਮੇਸ਼ਨ ਸਾਨੂੰ ਜਾਂ ਜਿਹੜਾ ਐਕਸਪੀਰੀਅੰਸ ਮਿਲਿਆ, ਉਹ ਸਭ ਤੋਂ ਪਹਿਲਾਂ ਇਹ ਹੁੰਦੀ ਹੈ ਬਾਈ ਕੈਂਪਿੰਗ ਲਾਈਟਸ, ਠੀਕ ਆ। ਸੋ ਜਦੋਂ ਆਪਾਂ ਨਵੇਂ ਨਵੇਂ ਜਾਂਦੇ ਸੀਗੇ ਤਾਂ ਨੋਰਮਲ ਜਿਹੜੀਆਂ ਟੋਰਚਾਂ ਸੀਗੀਆਂ ਆਪਾਂ ਲੈ ਜਾਂਦੇ ਸੀਗੇ, ਬੜੀ ਪ੍ਰੋਬਲਮ ਆਉਂਦੀ ਹੈ ਚੀਜ਼ਾਂ ਦੀ। ਸੋ ਇਸ ਵਾਰੀ ਜਿਹੜੀਆਂ ਮੇਰੀ ਲੇਹ ਲਦਾਖ ਰਾਈਡ ਦੇ ਦੌਰਾਨ ਜਿਹੜੀਆਂ ਚਾਰ ਇੰਪੋਰਟੈਂਟ ਜਿਹੜੀਆਂ ਲਾਈਟਸ ਹੋਣਗੀਆਂ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਜੀ। ਸਭ ਤੋਂ ਪਹਿਲੀ ਹੈਗੀ ਹੈ ਬਈ ਇਹ ਗਰੋਸ ਦੀ ਲਾਈਟ ਆ, ਠੀਕ ਆ। ਇਹਦੇ ਵਿੱਚ ਤੁਹਾਨੂੰ ਮੈਂ ਦੱਸਦਾ, ਐਮਾਜ਼ੋਨ ਤੋਂ ਮੈਂ ਔਨਲਾਈਨ ਔਡਰ ਕੀਤੀ ਸੀਗੀ, ਇਹਦੇ ਨਾਲ ਮੈਂ 3 ਕੈਂਪਿੰਗਾਂ ਕਰ ਚੁੱਕਿਆ, ਕਦੀ ਵੀ ਕੋਈ ਕੰਪਲੇਂਟ ਨਹੀਂ ਆਈ। ਇਹਦੇ ਪਿੱਛੇ ਇਸ ਤਰ੍ਹਾਂ ਦਾ ਆਇਰਨ ਦਾ ਮੈਗਨੇਟ ਲੱਗਾ ਹੋਇਆ ਜੀ, ਠੀਕ ਆ। ਇਹਨੂੰ ਤੁਸੀਂ ਕਿਤੇ ਵੀ ਕਿਸੇ ਵੀ ਆਇਰਨ ਵਾਲੀ ਚੀਜ਼ ਦੇ ਨਾਲ ਉੱਪਰ ਚਿਪਕਾ ਕੇ ਅਤੇ ਤੁਸੀਂ ਬੜੇ ਆਰਾਮ ਦੇ ਨਾਲ ਆਪਣਾ ਕੈਂਪਿੰਗ ਕਰ ਸਕਦੇ ਹੋ, ਖਾ ਪੀ ਸਕਦੇ ਹੋ, ਆਪਣਾ ਫਨ ਫੁਨ ਕਰ ਸਕਦੇ ਹੋ, ਠੀਕ ਆ। ਅਤੇ ਇਹਦੇ ਵਿੱਚ 3 ਸੈੱਲ ਪੈਂਦੇ ਨੇ, ਸਭ ਤੋਂ ਵੱਡੀ ਖਾਸੀਅਤ ਇਹਨੂੰ ਚਾਰਜਿੰਗ ਕਰਨ ਦੀ ਕੋਈ ਲੋੜ ਨਹੀਂ ਹੈਗੀ, ਓਕੇ। ਸੋ 3 ਸੈੱਲ ਇਹਦੇ ਵਿੱਚ ਹੈ ਨੇ, ਅਤੇ 3 3 6 3 9 9 ਸੈੱਲ ਜਿਹੜੇ ਛੋਟੇ ਬਰੀਕ ਵਾਲੇ ਹੁੰਦੇ ਪੈਨਸਿਲ ਸੈੱਲ, ਉਹ ਆਪਾਂ ਨਾਲ ਲੈ ਜਾਣੇ ਆ। ਅਤੇ ਕੈਂਪਿੰਗ ਦੇ ਦੌਰਾਨ ਰਾਤ ਨੂੰ ਜਦੋਂ ਵੀ ਆਪਾਂ ਜਿੱਥੇ ਵੀ ਟੈਂਟ ਲਾਵਾਂਗੇ, ਲਾਈਟ ਦੀ ਕੋਈ ਵੀ ਪ੍ਰੋਬਲਮ ਜਿਹੜੀ ਨਹੀਂ ਆਏਗੀ। ਇਹਦਾ ਜਿਹੜਾ ਲਿੰਕ ਆ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ, ਕੋਈ ਜ਼ਿਆਦਾ ਮਹਿੰਗੀ ਨਹੀਂ ਹੈਗੀ। ਤੁਸੀਂ ਜੇ ਲੇਹ ਲਦਾਖ ਦੇ ਵਿੱਚ ਕੈਂਪਿੰਗ ਕਰਨਾ ਚਾਹੁੰਦੇ ਹੋ, ਰਾਤ ਦਾ ਤੁਹਾਡਾ ਰੁਕਣ ਦਾ ਪਲਾਨ ਆਪਣੇ ਟੈਂਟ ਦੇ ਵਿੱਚ, ਤਾਂ ਬਾਈ ਤੁਸੀਂ ਇਹ ਜਿਹੜੀ ਟੋਰਚ ਆ ਤੁਸੀਂ ਮਸਟ ਬਾਏ ਕਰਿਓ। ਇੱਕ ਵਾਰੀ ਤੁਹਾਨੂੰ ਮੈਂ ਇਹਦੀ ਲਾਈਟ ਵਿਖਾ ਦਿੰਦਾ, ਹੈ ਨਾ, ਕਿਉਂਕਿ ਕਿਤੇ ਡਾਊਟ ਨਾ ਰਹੇ ਤੁਹਾਡੇ ਮਨ 'ਚ। ਇਹਦਾ ਇੱਕੋ ਹੀ ਬਟਨ ਲੱਗਾ ਹੋਇਆ, ਇਹਦੇ ਵਿੱਚ ਲੋਅ ਜਾਂ ਹਾਈ ਨਹੀਂ ਹੈਗਾ, ਆਹ ਤੁਸੀਂ ਵੇਖ ਸਕਦੇ ਹੋ ਬਾਈ। ਇਹਦੇ ਵੱਲ ਤੁਸੀਂ ਜ਼ਿਆਦਾ ਦੇਰ ਇਸ ਤਰ੍ਹਾਂ ਕਰਕੇ ਨਹੀਂ ਦੇਖ ਸਕਦੇ, ਬਹੁਤ ਹੀ ਜ਼ਿਆਦਾ ਤੇਜ਼ ਆ LED ਲਾਈਟ ਆ। ਅਤੇ ਇੱਕ ਵਾਰੀ ਇਹਦੇ ਵਿੱਚ ਜਦੋਂ ਸੈੱਲ ਆਪਾਂ ਪਾ ਦਿੰਦੇ ਹਾਂ ਤਾਂ ਇਹ 8 8 16 ਅਤੇ 4 20 ਘੰਟੇ ਜਿਹੜੇ ਬੜੇ ਆਰਾਮ ਦੇ ਨਾਲ ਜਿਹੜੇ ਨਾ ਇਹ ਕੱਟ ਦਿੰਦੀ ਹੈ। ਦੂਸਰੀ ਬਾਈ ਜਿਹੜੀ ਲਾਈਟ ਆ, ਇਹ ਡੀਕੈਥਲਿਨ ਤੋਂ ਮੈਂ ਲੈ ਕੇ ਆਇਆ, ਠੀਕ ਆ, ਆਹ ਵੇਖ ਸਕਦੇ ਹੋ ਤੁਸੀਂ। ਅਤੇ ਇਹ ਮੈਂ ਤੁਹਾਡੇ ਸਾਹਮਣੇ ਅਨਬੋਕਸਿੰਗ ਕਰਨ ਲੱਗਾ ਇਹਨੂੰ, ਇਹਨੂੰ ਓਪਨ ਕਰਦੇ ਹਾਂ ਜੀ। ਇਹਦੇ ਉੱਪਰ ਬ੍ਰੈਂਡਿੰਗ ਬਣੀ ਹੋਈ ਹੈ ਡੀਕੈਥਲਿਨ, ਠੀਕ ਆ। ਇਹ ਮੈਨੂੰ ਮਿਲੀ ਹੈ ਜੀ 799 ਰੁਪਏ ਦੀ, ਠੀਕ ਆ, 800 ਲਾ ਲਓ ਤੁਸੀਂ। ਇਹਦਾ ਬਹੁਤ ਫਾਇਦਾ ਕੈਂਪਿੰਗ ਦੇ ਵਿੱਚ ਨਾ, ਤੁਹਾਡੇ ਸਾਹਮਣੇ ਮੈਂ ਇਹਨੂੰ ਅਨਬੋਕਸ ਕੀਤਾ, ਕਿਉਂਕਿ ਬਾਈ 3 4 ਦਿਨ ਹੋ ਗਏ ਨੇ ਔਨਲਾਈਨ ਔਡਰ ਕੀਤਾ ਸੀਗਾ, ਘਰ ਆਈ ਹੋਈ ਨੂੰ ਰਿਸੀਵ ਕੀਤੇ ਹੋਏ ਨੂੰ, ਬਟ ਇਹਨੂੰ ਮੈਂ ਤੁਹਾਡੇ ਸਾਹਮਣੇ ਜਿਹੜਾ ਉਹ ਓਪਨ ਕਰਨਾ ਚਾਹੁੰਦਾ ਸੀਗਾ, ਅਨਬੋਕਸ ਕਰਨਾ ਚਾਹੁੰਦਾ ਸੀਗਾ। ਇਹ ਬਾਈ ਜਿਹੜੀ ਲਾਈਟ ਹੈ ਇਹਦੇ ਵਿੱਚ 3 ਮੋਡ ਨੇ, ਠੀਕ ਆ। ਸਭ ਤੋਂ ਪਹਿਲਾ ਮੋਡ ਹੈਗਾ ਰੈੱਡ, ਠੀਕ ਆ ਜੀ। ਦੂਸਰਾ ਮੋਡ ਹੈਗਾ ਬਾਈ ਲੋ ਵਾਈਟ,
ਅਤੇ ਤੀਸਰਾ ਬਾਈ ਹੈਗਾ 15 ਲਿਊਮੀਨਸ ਦੇ ਉੱਪਰ ਇਹਦੀ ਵਾਈਟ ਲਾਈਟ ਚੱਲਦੀ ਹੈ ਜਿਹੜੀ ਕਿ ਬਹੁਤ ਹੀ ਜ਼ਿਆਦਾ ਸਟਰੋਂਗ ਆ, ਠੀਕ ਆ। ਇਹ ਬਾਈ ਮੈਂ ਇਸ ਕਰਕੇ ਪਰਚੇਸ ਕੀਤੀ ਆ ਕਿਉਂਕਿ ਜਦੋਂ ਵੀ ਆਪਾਂ ਰਾਤ ਬਰਾਤੇ ਕਿਤੇ ਖਾਲੀ ਜਗ੍ਹਾ ਦੇ ਉੱਪਰ ਕੈਂਪਿੰਗ ਕਰਨ ਦਾ ਵਿਚਾਰ ਬਣਾ ਲਿਆ ਅਤੇ ਆਪਾਂ ਨੂੰ ਲੋੜ ਪੈਣੀ ਹੈ ਟੈਂਟ ਲਾਉਣ ਦੀ, ਹੈ ਨਾ, ਜ਼ਿਆਦਾਤਰ ਆਪਾਂ ਕੀ ਕਰਦੇ ਹਾਂ ਬਾਈਕ ਸਟਾਰਟ ਕਰ ਦਿੰਦੇ ਹਾਂ, ਉਹਦੀ ਲਾਈਟ ਪੈਂਦੀ ਆ ਅਤੇ ਫਿਰ ਕਰਦੇ, ਹੈ ਨਾ। ਬਾਈਕ ਸਟਾਰਟ ਕਰਨ ਦੀ ਲੋੜ ਨਹੀਂ ਹੈਗੀ, ਇਹਨੂੰ ਸਿਰਫ ਤੁਸੀਂ ਹੈੱਡ ਮਾਊਂਟ ਕਰਨਾ, ਲਾਈਕ ਇਹ ਤੁਹਾਡੇ ਇਸ ਤਰ੍ਹਾਂ ਹੈੱਡ ਮਾਊਂਟ ਹੋ ਗਈ ਅਤੇ ਤੁਸੀਂ ਆਪਣਾ ਕੋਈ ਵੀ ਜਿਹੜਾ ਕੰਮ ਆ ਉਹ ਨਾਲ ਨਾਲ ਤੁਸੀਂ ਟੈਂਟ ਨੂੰ ਕਿੱਲੀ ਵਗੈਰਾ ਠੋਕ ਰਹੇ ਹੋ, ਟੈਂਟ ਦੀ ਰੱਸੀ ਬੰਨ ਰਹੇ ਹੋ, ਟੈਂਟ ਨੂੰ ਖੋਲ ਰਹੇ ਹੋ ਜਾਂ ਟੈਂਟ ਨੂੰ ਦੁਬਾਰਾ ਫਿਰ ਕਲੋਜ਼ ਕਰ ਰਹੇ ਹੋ, ਹੈ ਨਾ। ਸੋ ਬਾਈ ਇਹ ਬੜੀ ਹੀ ਇੱਕ ਯੂਜ਼ਫੁੱਲ ਗੈਜ਼ਟ ਆ, ਇਹਦੇ ਵਿੱਚ ਸੈੱਲ ਨਹੀਂ ਪੈਂਦੇ, ਇਹ ਚਾਰਜ ਹੁੰਦੀ ਆ। ਮੈਂ ਕਿਸੇ ਦੇ ਵੀ ਪ੍ਰੋਡਕਟ ਨੂੰ ਬਿਲਕੁਲ ਪ੍ਰਮੋਟ ਨਹੀਂ ਕਰ ਰਿਹਾ ਇਸ ਵੀਡੀਓ ਦੇ ਵਿੱਚ, ਨਾ ਹੀ ਇਹ ਸਪੋਂਸਰਡ ਨੇ, ਇਹ ਸਿਰਫ ਮੈਂ ਆਪਣੀ ਲੇਹ ਲਦਾਖ ਰਾਈਡ ਜਿਹੜੀ ਆਪਣੀ 2022 ਬਾਈਕ ਟ੍ਰਿਪ ਜਿਹੜਾ ਆਪਾਂ ਜਲਦੀ ਜਾ ਰਹੇ ਹਾਂ ਇੱਕ ਹਫ਼ਤੇ ਦੇ ਵਿਦਇਨ 1 ਵੀਕ, ਅਤੇ ਉਹਦੀ ਮੈਂ ਤਿਆਰੀ ਜਿਹੜੀ ਕਰਦਾ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਮੈਂ, ਸੋ ਦੈਟ ਕਿ ਕੱਲ੍ਹ ਨੂੰ ਇਨ ਫਿਊਚਰ ਤੁਹਾਨੂੰ ਵੀ ਲੋੜ ਪਏ, ਠੀਕ ਹੈ ਜੀ। ਸੋ ਇਹਨੂੰ ਵੀ ਆਪਾਂ ਰੱਖਦੇ ਹਾਂ ਸਾਈਡ 'ਤੇ। ਹੁਣ ਗੱਲ ਹੋ ਗਈ ਆ ਤੁਸੀਂ ਬਾਹਰ ਆਪਣਾ ਇੰਜੋਏ ਕਰ ਲਿਆ, ਖਾ ਪੀ ਲਿਆ, ਕੁਕਿੰਗ ਕਰ ਲਈ, ਹੁਣ ਵਾਰੀ ਆ ਗਈ ਆ ਜੀ ਟੈਂਟ ਦੇ ਅੰਦਰ, ਹੈ ਨਾ, ਤੁਸੀਂ ਆ ਗਏ ਹੋ ਅਤੇ ਰਿਲੈਕਸ ਹੋਣਾ ਜਾਂ ਆਪਣੇ ਜਿਹੜੀਆਂ ਵੀਡੀਓਜ਼ ਤੁਸੀਂ ਬਣਾਈਆਂ ਨੇ ਉਹਨੂੰ ਆਪਣੇ ਮੋਬਾਈਲ ਤੋਂ ਲੈਪਟੋਪ 'ਚ ਕਰਨਾ ਟ੍ਰਾਂਸਫਰ ਜਾਂ ਕੁਛ ਵੀ, ਹੈ ਨਾ, ਜਾਂ ਆਪਸ ਦੇ ਵਿੱਚ ਗੱਲਾਂ ਮਾਰਨੀਆਂ ਨੇ ਜਾਂ ਆਪਣੇ ਕਾਰਡਸ ਵਗੈਰਾ ਖੇਲਣੇ, ਹੈ ਨਾ, ਕੁਛ ਵੀ, ਹੈ ਨਾ। ਸੋ ਉਹਦੇ ਵਾਸਤੇ ਜਿਹੜੀ ਮੈਂ ਪਿਛਲੀਆਂ 17-18 ਕੈਂਪਿੰਗਸ ਦੇ ਵਿੱਚ ਯੂਜ਼ ਕਰ ਚੁੱਕਾ ਬਾਈ ਇਹ ਲਾਈਟ ਆ, ਠੀਕ ਆ। ਆਹ ਵੀ ਡੀਕੈਥਲਿਨ ਦੀ ਲਾਈਟ ਆ, ਇਹਦੇ ਵੀ 3 ਮੋਡ ਨੇ, ਲਾਲ, ਰਾਤ ਨੂੰ ਤੁਸੀਂ ਸੌਂਦੇ ਪਿਓ ਤੁਹਾਨੂੰ ਰਾਤ ਨੂੰ ਕਈ ਵਾਰੀ ਡਰ ਲੱਗਦਾ ਨਾ ਵੀ ਰਾਤ ਨੂੰ ਯਾਰ ਅਸੀਂ ਅੰਦਰ ਹਨੇਰਾ ਜਿਹਾ ਇੱਕਦਮ ਹੋ ਜਾਏ, ਹੈ ਨਾ, ਤੁਸੀਂ ਆ ਰੈੱਡ ਲਾਈਟ ਯਾਨੀ ਕਿ ਨਾਈਟ ਲਾਈਟ ਜਿਹੜੀ ਆ ਉਹ ਜਗਾ ਕੇ ਸੌਂ ਸਕਦੇ ਹੋ। ਦੂਸਰੀ ਬਾਈ ਇਹਦੀ ਵਾਈਟ ਆ ਅਤੇ ਤੀਸਰੀ ਜ਼ਿਆਦਾ ਵਾਈਟ ਆ, ਠੀਕ ਆ। ਇਹਨੂੰ ਤੁਸੀਂ ਇਸ ਤਰ੍ਹਾਂ ਰੱਖੋ, ਆਪਣਾ ਖਾਣਾ ਵਗੈਰਾ ਜੋ ਵੀ ਪਲੇਟਸ ਵਗੈਰਾ ਹੈਗੀਆਂ ਨੇ ਉਹ ਤੁਸੀਂ ਆਪਸ ਦੇ ਵਿੱਚ ਜੋ ਵੀ ਖਾਣਾ ਪਾਓ ਆਪਣਾ ਖਾਓ, ਬਹੁਤ ਹੀ ਯੂਜ਼ਫੁੱਲ ਲਾਈਟ ਆ। ਇਹਦਾ ਵੀ ਲਿੰਕ ਆ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ। ਮੇਰੇ ਖਿਆਲ ਨਾਲ ਇਹ ਮੈਨੂੰ ਉਦੋਂ ਕੋਸਟ ਪਈ ਸੀਗੀ 4 ਸਾਲ ਪਹਿਲਾਂ, ਕੋਈ 1000 ਦੇ ਆਸ ਪਾਸ ਪਈ ਸੀਗੀ। ਪਰ ਇਹਦੀਆਂ ਜਿਹੜੀਆਂ ਬੈਟਰੀਜ਼ ਨੇ ਬਾਈ ਇਹਦੇ ਵਿੱਚ, ਆਹ ਤੁਸੀਂ ਵੇਖ ਸਕਦੇ ਹੋ, ਇਹਦੇ ਵਿੱਚ 4 ਬੈਟਰੀਆਂ ਪੈਂਦੀਆਂ ਨੇ, 1, 2, 3 ਐਂਡ 4 ਵੱਡੇ ਸੈੱਲ ਪੈਂਦੇ ਆ, ਹੈ ਨਾ। ਅਤੇ ਇਹਨਾਂ ਦੀ ਵੀ ਜਿਹੜੀ ਬ੍ਰੈਂਡਿੰਗ ਤੁਸੀਂ ਵੇਖ ਸਕਦੇ ਹੋ ਡੀਕੈਥਲਿਨ ਦੇ ਨੇ, ਕਿਉਂਕਿ 4 ਸਾਲ ਹੋ ਗਏ ਨੇ ਬਾਈ ਅਤੇ 17-18 ਕੈਂਪਿੰਗਸ ਕੀਤੀਆਂ ਨੇ। ਤੁਸੀਂ ਮੇਰੀ ਪਿਛਲੀ ਵੀਡੀਓਜ਼ ਨੂੰ ਬਹੁਤ ਪਿਆਰ ਕੀਤਾ ਕੈਂਪਿੰਗਸ ਵਾਲੀਆਂ, ਅਤੇ ਇਹਦੀ ਅੱਜ ਤੱਕ ਬੈਟਰੀ ਦੀ ਪ੍ਰੋਬਲਮ ਬਿਲਕੁਲ ਨਹੀਂ ਆਈ, ਠੀਕ ਆ। ਹੁਣ ਸਭ ਤੋਂ ਇੰਪੋਰਟੈਂਟ ਗੈਜ਼ਟ ਜਿਹੜਾ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਲੱਗਾ, ਜਿਹੜਾ ਕਿ ਤੁਹਾਨੂੰ ਕੈਂਪਿੰਗ ਦੇ ਵਿੱਚ ਬਹੁਤ ਜ਼ਿਆਦਾ ਕੰਮ ਆਏਗਾ, ਉਹ ਬਾਈ ਹੈਗਾ 4Cars ਦੀ, ਆਹ ਵੀ ਡੀਕੈਥਲਿਨ ਦਾ ਬ੍ਰਾਂਡ ਹੈ, ਠੀਕ ਆ। ਅਤੇ ਇਹ ਉਹ ਟੋਰਚ ਆ, ਇਹਦੇ ਵਿੱਚ ਬਾਈ ਸੈੱਲ ਵੀ ਨਹੀਂ ਪੈਣੇ ਅਤੇ ਇਹ ਨਾ ਹੀ ਚਾਰਜ ਹੋਣੀ ਆ। ਅਤੇ ਬਾਈ ਤੁਸੀਂ ਸੋਚਦੇ ਹੋਵੋਗੇ ਕਿ ਜੇ ਸੈੱਲ ਵੀ ਨਹੀਂ ਪੈਣੇ, ਚਾਰਜ ਵੀ ਨਹੀਂ ਹੋਣੀ, ਤਾਂ ਬਾਈ ਇਹ ਕਿਸ ਤਰ੍ਹਾਂ ਚੱਲੇਗੀ, ਹੈ ਨਾ। ਇਹਦਾ ਬੜਾ ਸਿੰਪਲ ਜਿਹਾ ਫੰਡਾ, ਇਹਦੇ ਅੰਦਰ ਡਾਇਨਮੋ ਲੱਗਾ ਹੋਇਆ ਜੀ, ਠੀਕ ਆ। ਡਾਇਨਮੋ ਕੈਂਪਿੰਗ ਦੀ ਸਭ ਤੋਂ ਜਿਹੜੀ ਅਸੈਂਸ਼ੀਅਲ ਜਿਹੜੀ ਚੀਜ਼ ਆ ਹਰ ਇੱਕ ਕੈਂਪਿੰਗ ਲਵਰ ਲਈ, ਹਰ ਇੱਕ ਕੈਂਪਿੰਗ ਨੂੰ ਜਿਹੜਾ ਪਸੰਦ ਕਰਦਾ ਬਾਈ, ਹੈ ਨਾ, ਪਹਾੜਾਂ 'ਤੇ ਜਾ ਕੇ ਕੈਂਪਿੰਗ ਜਾਂ ਇਹੋ ਜਿਹੀ ਥਾਵਾਂ 'ਤੇ ਜਿੱਥੇ ਲਾਈਟ ਨਹੀਂ ਹੈਗੀ, ਸੋ ਬਾਈ ਇਹ ਜਿਹੜੀ ਚੀਜ਼ ਆ ਇਹ ਉੱਥੇ ਬਹੁਤ ਹੀ ਕਾਮਯਾਬ ਆ। ਕਿਵੇਂ ਕੰਮ ਕਰਦੀ ਹੈ ਬਾਈ ਤੁਹਾਨੂੰ ਦੱਸਦਾ, ਇਸ ਤਰ੍ਹਾਂ ਇਹਦੇ ਵਿੱਚ ਇੱਕ ਲੱਗਾ ਹੋਇਆ, ਠੀਕ ਹੈ ਜੀ। ਅਤੇ ਇਹਨੂੰ ਤੁਸੀਂ ਕੋਈ ਵਿੱਚ ਸੈੱਲ ਨਹੀਂ ਪਾਉਣਾ, ਕੋਈ ਬੈਟਰੀ ਨਹੀਂ ਪਾਉਣੀ, ਇਹਨੂੰ ਤੁਸੀਂ ਇਸ ਤਰ੍ਹਾਂ ਘੁਮਾਉਣਾ, ਠੀਕ ਹੈ ਜੀ। ਅਤੇ ਇਹ ਆਪਣੇ ਆਪ ਹੀ ਚਾਰਜ ਹੋਏਗੀ ਅਤੇ ਇਹਦੀ ਜਿਹੜੀ ਲਾਈਟ ਆ ਉਹ ਆਪਣੇ ਆਪ ਹੀ ਜਗ ਜਾਏਗੀ, ਵੇਖ ਸਕਦੇ ਹੋ। ਇਹਨੂੰ ਬਈ ਜ਼ਿਆਦਾ ਘੁਮਾਉਣ ਦੀ ਲੋੜ ਨਹੀਂ ਹੈਗੀ, 5 ਮਿੰਟ ਇਹਨੂੰ ਇਸ ਤਰ੍ਹਾਂ ਇਹਦੇ ਚੱਕਰ ਜੇ ਘਟਾ ਦਿਉ, ਇਹਦਾ ਡਾਇਨਮੋ ਜਿਹੜਾ ਇਹਦੀ ਬੈਟਰੀ ਨੂੰ ਫੁੱਲ ਚਾਰਜ ਕਰ ਦਿੰਦਾ, ਬੜੀ ਸੈਂਸ਼ੀਅਲ ਜਿਹਦੀ ਲਾਈਟ ਬਹੁਤ ਆ ਇਹਦੀ, ਠੀਕ ਆ। ਅਤੇ ਇਹਦੀ ਜਿਹੜੀ ਹੈਗੀ ਆ ਇੱਕ ਵਾਰੀ ਇਹਨੂੰ ਪੂਰਾ ਪ੍ਰੋਪਰ ਚਾਰਜ ਕਰਕੇ ਘੁਮਾ ਕੇ ਡਾਇਨਮੋ ਦੇ ਨਾਲ, ਅਤੇ ਇਹ ਘੱਟ ਤੋਂ ਘੱਟ ਵੀ 4 ਜਾਂ 5 ਘੰਟੇ ਆਰਾਮ ਦੇ ਨਾਲ ਤੁਹਾਨੂੰ ਲਾਈਟ ਪ੍ਰੋਵਾਈਡ ਕਰ ਦਿੰਦੀ ਆ। ਸੋ ਸਭ ਤੋਂ ਅਸੈਂਸ਼ੀਅਲ ਜਿਹੜੀ ਕੈਂਪਿੰਗ ਅਸੈਂਸ਼ੀਅਲ ਜਿਹਨੂੰ ਮੈਂ ਕਹਿ ਸਕਦਾ ਮੇਰੇ ਸਾਰੇ ਗੈਜਟਸ ਦੇ ਵਿੱਚੋਂ, ਇਹ ਸਭ ਤੋਂ ਇੰਪੋਰਟੈਂਟ ਚੀਜ਼ ਆ, ਠੀਕ। ਇਹਨੂੰ ਰੱਖਦੇ ਹਾਂ ਜੀ ਬਿਲਕੁਲ ਲਾਈਟਸ ਵਾਲੀ ਲਾਈਨ ਦੇ ਵਿੱਚ,
ਅਤੇ ਹੁਣ ਦੂਸਰੇ ਨੰਬਰ 'ਤੇ ਇੰਪੋਰਟੈਂਟ ਗੱਲ ਕਰਦੇ ਹਾਂ ਕਿ ਜਦੋਂ ਵੀ ਤੁਸੀਂ ਕੈਂਪਿੰਗ ਕਰਦੇ ਹੋ ਨਾ ਤਾਂ ਲਾਗੇ ਕੋਈ ਹੋਟਲ ਹੁੰਦਾ, ਨਾ ਹੀ ਕੋਈ ਰੈਸਟੋਰੈਂਟ ਹੁੰਦਾ, ਅਤੇ ਨਾ ਹੀ ਉੱਥੇ ਜੋਮੈਟੋ ਹੁੰਦਾ ਵੀ ਤੁਸੀਂ ਔਨਲਾਈਨ ਖਾਣਾ ਔਡਰ ਕਰ ਦਿਉ। ਸੋ ਖਾਣੇ ਦਾ ਜਿਹੜਾ ਅਰੇਂਜ ਆ ਉਹ ਤੁਹਾਨੂੰ ਨਾਲ ਹੀ ਕਰਕੇ ਲੈ ਕੇ ਜਾਣਾ ਪੈਣਾ, ਠੀਕ ਹੈ। ਮੈਂ ਆਪਣਾ ਅਰੇਂਜ ਕੀ ਕਰਕੇ ਰੱਖਦਾ, ਇਹ ਜਿਹੜਾ ਕੈਂਪਿੰਗ ਗੈਸ ਆ, ਹੈ ਨਾ, ਹੰਸ ਪੈਰਾਮਾਊਂਟ ਦਾ ਕੈਂਪਿੰਗ ਗੈਸ ਹੈ, ਚਲੋ ਬ੍ਰਾਂਡ ਤੋਂ ਆਪਾਂ ਕੀ ਲੈਣਾ, ਇਹਦੇ ਨਾਲ ਦੇ ਕਾਫੀ ਜਿਹੜੇ ਬ੍ਰਾਂਡਸ ਐਮਾਜ਼ੋਨ ਤੋਂ ਮਿਲ ਜਾਂਦੇ ਆ, ਇਹਦੇ ਵਿੱਚ 450 ਗ੍ਰਾਮ ਜਿਹੜੀ ਬੁਟੇਨ ਗੈਸ ਹੁੰਦੀ ਹੈ, ਜਿਹੜੀ ਹੈ -27 ਡਿਗਰੀ ਟੈਂਪਰੇਚਰ ਦੇ ਵਿੱਚ ਵੀ ਬਾਈ ਬਿਲਕੁਲ ਸਕਸੈਸਫੁਲ ਹੁੰਦੀ ਹੈ, ਠੀਕ ਆ। ਇਹਨੂੰ ਕੁਛ ਨਹੀਂ ਕਰਨਾ, ਇਹਨੂੰ ਇਸ ਤਰ੍ਹਾਂ ਆਪਾਂ ਖੋਲ੍ਹਣਾ ਬਾਈ, ਠੀਕ ਹੈ ਜੀ। ਅਤੇ ਇਹ ਆ ਮੇਰਾ ਬਰਨਰ, ਠੀਕ ਹੈ ਜੀ, ਬੜਾ ਹੀ ਘੈਂਟ ਬਰਨਰ ਆ, ਇਹਦੇ ਨਾਲ ਮੈਂ ਬਹੁਤ ਜ਼ਿਆਦਾ ਕੈਂਪਿੰਗਸ ਕਰ ਚੁੱਕਾ। ਇਹ ਕਿਵੇਂ ਕੰਮ ਕਰਦਾ ਤੁਹਾਨੂੰ ਮੈਂ ਦੱਸਦਾ, ਇਹਦੇ ਨੀਚੇ ਇਸ ਤਰ੍ਹਾਂ ਨੋਜ਼ਲ ਲੱਗੀ ਹੋਈ ਆ, ਇਹ ਹੈਗਾ ਜੀ ਆਪਣਾ ਕੈਂਪਿੰਗ ਗੈਸ, ਇਹ ਹੈਗਾ ਕੈਂਪਿੰਗ ਬਰਨਰ। ਇਹਨੂੰ ਇਸ ਤਰ੍ਹਾਂ ਆਪਾਂ ਇਹਦੇ ਉੱਪਰ, ਇਹ ਬਿਲਕੁਲ ਇਹਦੇ ਉੱਤੇ ਫਿਕਸ ਹੋ ਗਿਆ, ਠੀਕ ਆ। ਇਹਨੂੰ ਕੁਛ ਨਹੀਂ ਕਰਨਾ, ਜਿਸ ਤਰ੍ਹਾਂ ਆਮ ਆਪਾਂ ਘਰਾਂ ਦੇ ਵਿੱਚ ਗੈਸ ਰਿਲੀਵ ਕਰਦੇ ਹਾਂ, ਆ ਇਹਦਾ ਸਵਿੱਚ ਆ, ਇਹਨੂੰ ਹਲਕਾ ਜਿਹਾ ਗੈਸ ਦੀ ਆਵਾਜ਼ ਤੁਹਾਨੂੰ ਆ ਗਈ ਹੋਊਗੀ। ਲਓ ਜੀ ਬਾਈ, ਚੱਲਦੀ ਫਿਰਦੀ ਗੈਸ, ਚੱਲਦਾ ਫਿਰਦਾ ਆਪਣਾ ਚੁੱਲ੍ਹਾ, ਠੀਕ ਆ, ਤੁਹਾਡੇ ਸਾਹਮਣੇ ਆ, ਕੋਈ ਕੁਛ ਵੀ ਨਹੀਂ ਕਰਨਾ ਪਿਆ, ਅਤੇ ਇਹਨੂੰ ਜਿਹੜਾ ਕੈਰੀ ਕਰਨਾ ਬਹੁਤ ਈਜ਼ੀ ਆ। ਇਹ ਹੁਣ ਇਹਦਾ ਬਿਲਕੁਲ ਫੁੱਲ 'ਤੇ ਚੱਲਦਾ ਪਿਆ ਆਪਣਾ ਜਿਹੜਾ ਕੈਂਪਿੰਗ ਚੁੱਲ੍ਹਾ, ਆਹ ਤੁਸੀਂ ਵੇਖ ਸਕਦੇ ਹੋ, ਆ ਬੜੇ ਆਰਾਮ ਦੇ ਨਾਲ ਇਹਨੂੰ ਹੱਥ ਦੇ ਵਿੱਚ ਫੜਿਆ ਹੋਇਆ, ਹੈ ਨਾ, ਬਿਲਕੁਲ ਸੇਫ ਆ, ਠੀਕ ਆ, ਤੁਸੀਂ ਇਹਨੂੰ ਕੈਰੀ ਕਰ ਸਕਦੇ ਹੋ ਕਿਤੇ ਵੀ। ਇਹਨੂੰ ਹੁਣ ਕਰਦੇ ਹਾਂ ਬੰਦ, ਅਤੇ ਜਿਹੜੀ ਆਪਾਂ ਆਮ ਘਰਾਂ ਦੇ ਵਿੱਚ LPG ਗੈਸ ਯੂਜ਼ ਕਰਦੇ ਹਾਂ, ਜਿਹੜਾ ਉਹਦਾ ਤਾਪਮਾਨ ਹੁੰਦਾ, ਉਹਦਾ ਸੇਕ ਹੁੰਦਾ, ਇਹਦੇ ਨਾਲੋਂ ਜਿਹੜਾ ਬੁਟੇਨ ਦਾ ਜਿਹੜਾ ਸੇਕ ਹੁੰਦਾ ਉਹ ਜ਼ਿਆਦਾ ਹੁੰਦਾ, ਅਤੇ ਜਿਹੜੀ LPG ਉਹ ਠੰਡੀ ਗੈਸ ਹੁੰਦੀ ਆ, ਉਹ ਜਦੋਂ ਵੀ ਆਪਾਂ ਕਿਸੇ ਹਿਲੀ ਏਰੀਏ 'ਚ ਜਾਂਦੇ ਹਾਂ ਅਤੇ ਉੱਥੇ ਉਹ ਸਕਸੈਸਫੁਲ ਨਹੀਂ ਹੁੰਦੀ, ਜੰਮ ਜਾਂਦੀ ਆ ਅਤੇ ਉਹਦਾ ਜਿਹੜਾ ਜਿਹੜਾ ਫਲੇਮ ਆ ਉਹ ਘੱਟ ਜਾਂਦਾ, ਬਟ ਇਸ ਮਸਲੇ ਦੇ ਵਿੱਚ ਇਹਦੇ ਨਾਲ ਇਸ ਤਰ੍ਹਾਂ ਨਹੀਂ ਹੁੰਦਾ, ਠੀਕ ਹੈ ਜੀ। ਜਿਹੜਾ ਤੁਸੀਂ ਚਾਹ ਜਾਂ ਪਾਣੀ ਤੁਸੀਂ ਬੋਇਲ ਕਰਨਾ, ਉਹ LPG ਦੇ ਉੱਤੇ ਬਾਈ ਬੋਇਲ ਹੋਏਗਾ 5 ਮਿੰਟ ਦੇ ਵਿੱਚ, ਇਹਦੇ ਉੱਤੇ ਹੋਏਗਾ 1 ਮਿੰਟ ਦੇ ਵਿੱਚ। ਸੋ ਜੇਕਰ ਤੁਸੀਂ ਇਹਦੇ ਬਾਰੇ ਪ੍ਰੋਪਰ ਜਾਣਕਾਰੀ ਚਾਹੁੰਦੇ ਹੋ ਤਾਂ ਬਾਈ ਉੱਪਰ ਆਈ ਬਟਨ ਦੇ ਵਿੱਚ ਵੀਡੀਓ ਦਾ ਡਿਸਕ੍ਰਿਪਸ਼ਨ ਆਉਂਦੀ ਹੋਏਗੀ, ਵੀਡੀਓ ਲਿੰਕ ਆਉਂਦਾ ਹੋਏਗਾ, ਤੁਸੀਂ ਜਾ ਕੇ ਮੇਰੀ ਪਿਛਲੀ ਕੈਂਪਿੰਗ ਦੀ ਵੀਡੀਓ ਵੇਖ ਸਕਦੇ ਹੋ, ਠੀਕ ਆ। ਆਪਣਾ ਜਿਹੜਾ ਕੈਂਪਿੰਗ ਗੈਸ ਆ ਅਤੇ ਕੈਂਪਿੰਗ ਬਰਨਰ ਜਿਹੜਾ ਉਹਨੂੰ ਰੱਖਦੇ ਹਾਂ ਸਾਈਡ 'ਤੇ। ਦੂਸਰੇ ਨੰਬਰ 'ਤੇ ਬਈ ਡੈਕੈਥਲੀਨ ਦਾ ਬ੍ਰੈਂਡਿੰਗ ਹੈ, ਠੀਕ ਹੈ ਜੀ। ਇਹ 1 ਗੈਲਨ ਪਾਣੀ ਦੀ ਇਹ ਬੋਟਲ ਆ, ਇਹਦੇ ਨਾਲ ਦੀਆਂ 2 ਬੋਟਲਸ ਮੈਂ ਨਾਲ ਲੈ ਕੇ ਜਾਊਂਗਾ, ਠੀਕ ਹੈ ਜੀ। ਅਤੇ ਬਾਈਕ ਦੇ ਉੱਪਰ ਹੋਰ ਵੀ ਕਾਫੀ ਅਸੈਸਰੀਜ਼ ਹੋਣਗੀਆਂ ਜਾਂ ਬਾਈਕ ਦੀ ਕਾਫੀ ਜਿਹੜੀ ਉਹ ਸੈਟਿੰਗ ਹੋਏਗੀ ਉਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗਾ, ਜਿੱਦਣ ਆਪਾਂ ਬਾਈਕ ਦੀ ਜਾਣ ਲੱਗੇ ਪ੍ਰੋਪਰ ਸੈਟਿੰਗ ਕਰਾਂਗੇ, ਪੈਨੀਅਰਸ ਵਗੈਰਾ ਸਾਰੇ ਫਿੱਟ ਕਰਾਂਗੇ। ਹੁਣ ਬਾਈ ਵਾਰੀ ਆਉਂਦੀ ਆ ਆਪਣੇ ਬਰਤਨਾਂ ਦੀ, ਠੀਕ ਆ। ਸੋ ਬਾਈ ਇਹ ਆ ਮੇਰਾ ਕੈਂਪਿੰਗ ਯੂਟੈਂਸਿਲ, ਠੀਕ ਆ। ਆਹ ਵੀ ਮੈਂ ਡੈਕੈਥਲੀਨ ਤੋਂ ਔਨਲਾਈਨ ਔਡਰ ਕੀਤਾ ਸੀਗਾ, ਕੈਂਚੂਆ ਬ੍ਰਾਂਡ ਦਾ ਵਾ। ਇਹਨੂੰ ਕੈਰੀ ਕਰਨਾ ਬਹੁਤ ਸੌਖਾ ਅਤੇ ਇਹਨੂੰ ਖੋਲ੍ਹਣਾ ਵੀ ਬਹੁਤ ਸੌਖਾ ਅਤੇ ਇਹਨੂੰ ਯੂਜ਼ ਕਰਨਾ ਵੀ ਬਹੁਤ ਸੌਖਾ। ਕਿਵੇਂ ਯੂਜ਼ ਕਰਨਾ? ਇਸ ਤਰ੍ਹਾਂ ਇਹਦਾ ਜਿਹੜਾ ਹੈਂਡਲ ਆ ਉਹ ਇਸ ਤਰ੍ਹਾਂ ਦਿੱਤਾ ਹੋਇਆ ਜੀ, ਇਸ ਤਰ੍ਹਾਂ ਇਹਨੂੰ ਆਰਾਮ ਦੇ ਨਾਲ ਖੋਲ੍ਹਣਾ, ਠੀਕ ਹੈ ਜੀ। ਇਹ ਇਹਦਾ ਬਣ ਗਿਆ ਇਸ ਤਰ੍ਹਾਂ ਹੈਂਡਲ ਬਣ ਗਿਆ, ਇਹ ਬਣ ਗਿਆ ਜੀ ਤੁਹਾਡਾ ਪੈਨ। ਇਹਦੇ ਵਿੱਚ ਤੁਸੀਂ ਕੌਫੀ ਬਣਾ ਸਕਦੇ ਹੋ, ਇਹਦੇ ਵਿੱਚ ਤੁਸੀਂ ਮੈਗੀ ਬਣਾ ਸਕਦੇ ਹੋ, ਇਹਦੇ ਵਿੱਚ ਐੱਗ ਬਣਾ ਸਕਦੇ ਹੋ, ਐੱਗ ਬੋਇਲ ਕਰ ਸਕਦੇ ਹੋ, ਠੀਕ ਹੈ। ਇਹਦੇ ਵਿੱਚ ਚਾਵਲ ਬਣਾ ਸਕਦੇ ਹੋ ਅਤੇ ਕਰਨਾ ਕੁਛ ਨਹੀਂ, ਇਸ ਤਰ੍ਹਾਂ ਇਹਦੇ ਵਿੱਚ ਜੋ ਵੀ ਤੁਸੀਂ ਬਣਾਉਣਾ ਉਹ ਪਾਓ ਅਤੇ ਇਹਦੇ ਉੱਪਰ ਇਸ ਤਰ੍ਹਾਂ ਰੱਖ ਦਿਉ, ਬਿਲਕੁਲ ਸੇਫ ਅਤੇ ਜਲਦੀ ਵੇ ਦੇ ਨਾਲ ਤੁਸੀਂ ਡਿਊਰਿੰਗ ਕੈਂਪਿੰਗ ਆਪਣਾ ਜਿਹੜਾ ਖਾਣਾ ਵਾ ਉਹ ਜਲਦੀ ਜਲਦੀ ਬਣਾ ਸਕਦੇ ਹੋ। ਬਿਲਕੁਲ ਇਹਦੇ ਨਾਲ ਦੇ 2 ਨੇ, ਠੀਕ ਹੈ ਜੀ, ਕਿਉਂਕਿ ਜਦੋਂ ਵੀ ਆਪਾਂ ਕੈਂਪਿੰਗ 'ਤੇ ਜਾਂਦੇ ਹਾਂ ਇੱਕ ਦੇ ਵਿੱਚ ਆਪਾਂ ਚਾਵਲ ਬਣਾ ਲੈਂਦੇ ਹਾਂ, ਚਾਵਲ ਇਸ ਕਰਕੇ ਬਣਾਉਣੇ, ਚਾਵਲ ਜਲਦੀ ਬਣ ਜਾਂਦੇ ਆ, ਬਾਰ ਬਾਰ ਹੁਣ ਮੈਗੀ ਖਾਣ ਨੂੰ ਵੀ ਜੀ ਨਹੀਂ ਕਰਦਾ, ਠੀਕ ਆ। ਅਤੇ ਦੂਸਰੇ ਦੇ ਵਿੱਚ ਆਪਾਂ ਸਬਜ਼ੀ ਬਣਾ ਲੈਂਦੇ ਹਾਂ, ਕੋਈ ਲਾਈਕ ਨਿਊਟਰੀ ਹੋ ਗਈ ਜਾਂ ਐੱਗ ਭੁਰਜੀ ਹੋ ਗਈ ਜਾਂ ਚਿਕਨ ਵਗੈਰਾ ਹੋ ਗਿਆ, ਠੀਕ ਆ। ਸੋ ਆਪਣੇ ਜਿੰਨੇ ਵੀ ਨਾਲ ਰਾਈਡਰਸ ਹੁੰਦੇ ਆ ਸਾਰਿਆਂ ਦੇ ਕੋਲ ਇਸ ਤਰ੍ਹਾਂ ਦੇ ਜਿਹੜੇ ਕੈਂਪਿੰਗ ਯੂਟੈਂਸਿਲਸ ਨੇ, ਕੈਂਪਿੰਗ ਸਟੋਵਸ ਨੇ, ਇਹ ਸਾਰਿਆਂ ਦੇ ਕੋਲ ਹੁੰਦੇ ਆ। ਸੋ ਇਸ ਕਰਕੇ ਜ਼ਿਆਦਾ ਪ੍ਰੋਬਲਮ ਨਹੀਂ ਆਉਂਦੀ। ਇਹ ਬਾਈ ਮੇਰਾ ਕੌਫੀ ਮੱਗ ਆ, ਠੀਕ ਆ।
ਇਹ ਤੁਸੀਂ ਵੇਖ ਸਕਦੇ ਹੋ ਅੰਦਰੋਂ ਬਿਲਕੁਲ ਇੰਸੂਲੇਟਰ ਇਹਦਾ ਲੱਗਾ ਹੋਇਆ ਅਤੇ ਇਹ ਜਿਹੜਾ ਹੈਗਾ ਵਾ ਬਈ ਸਮੈਸ਼ ਕੰਪਨੀ ਦਾ, ਠੀਕ ਆ। ਅਤੇ ਇਹ ਕੌਫੀ ਮੱਗ ਦਾ ਜਿਹੜਾ ਲਿੰਕ ਆ ਉਹ ਵੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ, ਜੇ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਬਾਈ ਤੁਸੀਂ ਬਾਏ ਲਿੰਕ ਦੇ ਉੱਪਰ ਕਲਿੱਕ ਕਰਕੇ ਕਰ ਸਕਦੇ ਹੋ। ਹੁਣ ਬਈ ਆ ਗਈ ਆ, ਖਾਣਾ ਵੀ ਤੁਹਾਡਾ ਬਣ ਗਿਆ, ਚੁੱਲ੍ਹਾ ਵੀ, ਚੁੱਲ੍ਹੇ ਦਾ ਵੀ ਅਰੇਂਜ ਹੋ ਗਿਆ, ਜਿਹਦੇ ਵਿੱਚ ਖਾਣਾ ਬਣਾਉਣਾ ਉਹਦਾ ਵੀ ਅਰੇਂਜ ਹੋ ਗਿਆ, ਤਾਂ ਬਈ ਖਾਣਾ ਕਾਹਦੇ ਵਿੱਚ ਆ। ਸੋ ਗਾਈਜ਼, ਇਹ ਮੇਰੇ ਹੈਗੇ ਨੇ, ਆਹ ਹਜੇ ਮੈਂ ਰੀਸੈਂਟਲੀ ਬਾਏ ਕੀਤਾ, ਤਾਂ ਮੈਂ ਟੈਗ ਵੀ ਨਹੀਂ ਲਾਇਆ, ਤੁਹਾਡੇ ਸਾਰਿਆਂ ਦੇ ਸਾਹਮਣੇ ਲਾਉਣਾ ਮੇਰਾ ਟੈਗ। ਇਹ ਬਈ ਇਹਦੀ ਜਿਹੜੀ ਬ੍ਰੈਂਡਿੰਗ ਆ ਉਹ ਕੈਂਚੂਆ ਬ੍ਰੈਂਡਿੰਗ ਆ, ਡਿਕੈਥਲੀਨ ਤੋਂ ਮੈਂ ਪਰਚੇਜ਼ ਕੀਤਾ ਇਹਨੂੰ, ਠੀਕ ਆ। ਪਹਿਲਾਂ ਮੇਰੀ ਪਲੇਟ ਆਹ ਸੀਗੀ, ਠੀਕ ਆ, ਅਤੇ ਹੁਣ ਮੈਂ ਇਸ ਕਲਰ ਜਿਹੜੀ ਪਲੇਟ ਆ ਉਹ ਬਾਏ ਕੀਤੀ ਆ ਜੀ। ਅਤੇ ਇਹ ਮੇਰੀਆਂ ਹੋ ਗਈਆਂ ਦੋ ਪਲੇਟਸ, ਠੀਕ ਆ, ਖਾਣਾ ਖਾਣ ਲਈ। ਇਹਨਾਂ ਨੂੰ ਧੋਣਾ ਵੀ ਬਹੁਤ ਈਜ਼ੀ ਆ, ਕੈਰੀ ਕਰਨਾ ਵੀ ਬਹੁਤ ਈਜ਼ੀ ਆ, ਲਾਈਟ ਵੇਟ ਨੇ, ਠੀਕ ਆ। ਅਤੇ ਇਹ ਬੋਸ ਆ ਗਏ ਆਪਣੇ, ਫੋਗ ਆ ਗਿਆ ਜੀ, ਚਮਚ ਆ ਗਿਆ, ਆਹ ਵੀ ਫੋਗ ਆ ਗਿਆ, ਅਤੇ ਦੋ ਬਾਈ ਕਟਰ ਆ ਗਏ, ਠੀਕ ਆ। ਇਹ ਹੋ ਗਏ ਆਪਣੇ ਕੈਂਪਿੰਗ ਜਿਹੜੇ ਹੈਗੇ ਨੇ ਬਈ, ਸਪੂਨਸ ਵਗੈਰਾ, ਠੀਕ ਆ, ਇਹਨਾਂ ਨੂੰ ਵੀ ਰੱਖਦੇ ਹਾਂ। ਅਤੇ ਬਾਈ ਇਹ ਨੋਰਮਲ ਨਾਈਫ ਆ, ਠੀਕ ਆ, ਜਿਹੜਾ ਆਮ 10-20 ਰੁਪਏ ਦਾ ਮਾਰਕੀਟ ਤੋਂ ਮਿਲ ਜਾਂਦਾ, ਠੀਕ ਆ। ਸੋ ਇਹਨੂੰ ਵੀ ਆਪਾਂ ਕੱਟਣ ਕੁੱਟਣ ਦੇ ਵਿੱਚ, ਲਾਈਕ ਪਿਆਜ਼ ਹੋ ਗਏ, ਆਲੂ ਹੋ ਗਏ, ਜਾਂ ਕੁਛ ਵੀ ਕੱਟਣਾ ਤਾਂ ਉਹਦੇ ਵਾਸਤੇ ਇੱਕ ਨਾਈਫ ਰੱਖਿਆ ਹੋਇਆ। ਅਤੇ ਇਹ ਮੇਰੇ ਹੈਗੇ ਨੇ ਬਈ ਦੋ ਬਾਊਲ, ਕਾਫੀ ਕਪੈਸਿਟੀ ਆ ਇਹਨਾਂ ਦੀ, ਠੀਕ ਆ। ਇੱਕ ਬਾਊਲ ਦੇ ਵਿੱਚ ਮੇਰੇ ਖਿਆਲ ਨਾਲ ਮੈਗੀ ਭਰ ਕੇ ਖਾਧੀ ਹੋਏ, ਚਾਵਲ ਭਰ ਕੇ ਖਾਧੇ ਹੋਣ ਅਤੇ ਤੁਹਾਡਾ ਸਾਰਾ ਦਿਨ ਲੰਘ ਜਾਂਦਾ। ਅਤੇ ਇਸ ਤਰ੍ਹਾਂ ਦਾ ਬਾਈ ਇੱਕ ਹੋਰ ਸਟੋਰੇਜ ਬਾਕਸ ਆ, ਆਹ ਵੀ ਮੈਂ ਸਾਰੀਆਂ ਕੈਂਪਿੰਗਸ ਦੇ ਵਿੱਚ ਯੂਜ਼ ਕਰ ਰਿਹਾ। ਜੇ ਮੰਨ ਲਓ ਇਹੋ ਜਿਹਾ ਖਾਣਾ ਜਾਂ ਇਹੋ ਜਿਹਾ ਫੂਡ ਤੁਸੀਂ ਬਣਾਇਆ ਜਿਹੜਾ ਕਿ ਤੁਹਾਨੂੰ ਲੱਗਦਾ ਵੀ ਸ਼ਾਮ ਤੱਕ ਖਰਾਬ ਨਹੀਂ ਹੋਏਗਾ, ਹੈ ਨਾ, ਤਾਂ ਤੁਸੀਂ ਇਹਨੂੰ ਇਹਦੇ ਵਿੱਚ ਸਟੋਰ ਕਰ ਸਕਦੇ ਹੋ ਅਤੇ ਆਪਣੀ ਜਿਹੜੀ ਬਾਈਕ ਦੇ ਸਾਈਡ 'ਤੇ ਬੈਗ ਬਣੇ ਹੁੰਦੇ ਆ ਉਹਦੇ ਵਿੱਚ ਰੱਖ ਸਕਦੇ ਹੋ। ਸੋ ਗਾਇਜ਼, ਇਹ ਸੀਗਾ ਮੇਨ ਅਸੈਂਸ਼ੀਅਲ ਚੀਜ਼ਾਂ ਤੁਹਾਡੀ ਜਿਹੜੀ ਕੈਂਪਿੰਗ ਦੇ ਵਿੱਚ ਕੰਮ ਆਉਂਦੀਆਂ ਨੇ, ਠੀਕ ਆ। ਹੁਣ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦੱਸੂੰਗਾ ਕਿ ਜਦੋਂ ਆਪਾਂ ਲੇਹ ਲਦਾਖ ਜਾਣਾ ਵਾ ਅਤੇ ਮੈਂ ਆਪਣੇ ਨਾਲ ਜਿਹੜੀਆਂ ਮੇਨ ਮੇਨ ਜਿਹੜੀਆਂ ਅਸੈਂਸ਼ੀਅਲ ਚੀਜ਼ਾਂ ਨੇ ਖਾਣ ਪੀਣ ਵਾਲੀਆਂ, ਫੂਡ ਲਾਈਕ ਜਾਂ ਪੈਕਜਡ ਫੂਡ ਜਾਂ ਪੈਕਡ ਫੂਡ ਜਿਹੜਾ ਹੁੰਦਾ, ਹੈ ਨਾ, ਉਹ ਮੈਂ ਕਿਹੜਾ ਲੈ ਕੇ ਜਾਊਂਗਾ ਜਾਂ ਘਰੋਂ ਮੈਂ ਕੀ ਨਾਲ ਲੈ ਕੇ ਜਾਊਂਗਾ, ਉਹ ਸਾਰਾ ਤੁਹਾਡੇ ਨਾਲ ਸ਼ੇਅਰ ਕਰੂੰਗਾ। ਆਈ ਹੋਪ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਵਧੀਆ ਲੱਗੀ ਹੋਏਗੀ। ਜੇ ਬਈ ਵੀਡੀਓ ਉਹਦੇ ਲੱਗੇ ਤਾਂ ਬਈ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਅਤੇ ਜੇ ਤੁਸੀਂ ਫਸਟ ਟਾਈਮ ਮੇਰੀ ਵੀਡੀਓ ਵੇਖਦੇ ਪਿਓ ਮੇਰੇ ਚੈਨਲ 'ਤੇ, ਤੁਹਾਡਾ ਬਹੁਤ ਬਹੁਤ ਸਵਾਗਤ ਆ। ਜੇ ਤੁਸੀਂ ਮੇਰੀ ਫਸਟ ਟਾਈਮ ਵੀਡੀਓ ਵੇਖਦੇ ਪਿਓ ਤਾਂ ਬਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਤੇ ਜਿਹੜੇ ਆਲਰੇਡੀ ਸਬਸਕ੍ਰਾਈਬਰਸ ਨੇ, ਜੇ ਉਹਨਾਂ ਨੇ ਬੈੱਲ ਆਈਕਨ ਨਹੀਂ ਪ੍ਰੈਸ ਕੀਤੀ ਤਾਂ ਬਈ ਉਹ ਵੀ ਜਿਹੜੀ ਬੈੱਲ ਆਈਕਨ ਆ ਪ੍ਰੈਸ ਕਰ ਦੇਣ, ਸੋ ਦੈਟ ਮੈਂ ਕੋਈ ਵੀ ਸ਼ਾਰਟ ਵੀਡੀਓ ਜਾਂ ਕੋਈ ਵੀ ਵੀਡੀਓ ਬਣਾਉਣਾ, ਕੋਈ ਵੀ ਇਸ ਤਰ੍ਹਾਂ ਦੀ ਕੋਈ ਵੀ ਇਨਫੋਰਮੇਟਿਵ ਵੀਡੀਓ ਜਿਹੜੀ ਆ ਤੁਹਾਡੀ ਮਿਸ ਨਾ ਹੋਏ, ਤੁਹਾਨੂੰ ਨੋਟੀਫਿਕੇਸ਼ਨ ਮਿਲ ਜੇ। ਸੋ ਗਾਇਜ਼, ਮਿਲਦੇ ਹਾਂ ਨੈਕਸਟ ਵਲੌਗ, ਨੈਕਸਟ ਵੀਡੀਓ ਦੇ ਵਿੱਚ ਇੱਕ ਬੜੀ ਇਨਫੋਰਮੇਟਿਵ ਵੀਡੀਓ ਲੈ ਕੇ ਦੁਬਾਰਾ ਫਿਰ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਊਂਗਾ। ਤਦ ਤੱਕ ਲਈ